ਸੋ ਸਭ ਤੋਂ ਪਹਿਲਾਂ ਸਾਰੇ ਹੀ ਪਿੰਡ ਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਸੋ ਸਾਰਿਆਂ ਨੂੰ ਜਿੰਨੇ ਵੀ ਇੱਥੇ ਮੇਰੀਆਂ ਭੈਣਾਂ ਪਹੁੰਚੀਆਂ ਨੇ, ਬਜ਼ੁਰਗ ਵੀ ਪਹੁੰਚੇ ਨੇ, ਸੋ ਜਿੰਨੇ ਵੀ ਜਾਣੇ ਤੁਸੀਂ ਸਾਰੇ ਆਪਣੇ ਕੀਮਤੀ ਟਾਈਮ 'ਚੋਂ ਟਾਈਮ ਕੱਢ ਕੇ ਆਏ ਹੋ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ, ਮੇਰੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਤੋਂ ਪਹਿਲਾਂ ਕਿ ਆਪਾਂ ਕੋਈ ਵੀ ਗੱਲਬਾਤ ਸ਼ੁਰੂ ਕਰੀਏ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ, ਕੰਮ ਵੀ ਚੱਲਦੇ ਰਹਿਣੇ ਨੇ, ਸੋ ਹੁਣੇ ਸਾਡੇ ਨਾਲ ਬਹੁਤ ਹੀ ਜਿਹੜੀ ਮਾੜੀ ਘਟਨਾ ਹੋਈ ਹੈ ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਅਸੀਂ ਸਾਰੇ ਜਿੰਨਾ ਵੀ ਕਰ ਸਕਦੇ ਹਾਂ, ਸਭ ਤੋਂ ਪਹਿਲਾਂ ਕਿ ਅਸੀਂ ਉਹਨਾਂ ਦੇ ਲਈ, ਉਹਨਾਂ ਦੇ ਪਰਿਵਾਰਾਂ ਦੇ ਲਈ ਅਰਦਾਸ ਕਰ ਸਕਦੇ ਹਾਂ, ਕਿਉਂਕਿ ਜਿਨ੍ਹਾਂ ਨਾਲ ਇਹ ਕਹਾਣੀਆਂ ਵਾਪਰਦੀਆਂ ਨੇ ਉਹੀ ਸਮਝ ਸਕਦੇ ਨੇ ਕਿ ਦੁੱਖ ਕੀ ਹੁੰਦਾ ਘਰੋਂ ਗਏ ਪੁੱਤਰਾਂ ਦਾ। ਸੋ ਅੱਜ ਜਿਨ੍ਹਾਂ ਮਾਪਿਆਂ ਦਾ ਪੁੱਤ ਉਹਨਾਂ ਤੋਂ ਵਿਛੜ ਗਿਆ, ਜਿਨ੍ਹਾਂ ਦਾ ਡੈਡੀ ਉਹਨਾਂ ਤੋਂ ਵਿਛੜ ਗਿਆ, ਜਿਨ੍ਹਾਂ ਦਾ ਸਿਰ ਦਾ ਸਾਈਂ, ਜਿਨ੍ਹਾਂ ਦਾ ਭੈਣਾਂ ਦੇ ਭਰਾ ਚਲੇ ਗਏ ਨੇ, ਸੋ ਅਸੀਂ ਵਾਪਸ ਤਾਂ ਕੋਈ ਨਹੀਂ ਕਰ ਸਕਦਾ, ਪਰ ਅਸੀਂ ਸਾਰੇ ਜਾਣੇ ਮਿਲ ਕੇ, ਸਾਰੇ ਇਕੱਠੇ ਹੋ ਕੇ ਅਰਦਾਸ ਜ਼ਰੂਰ ਕਰ ਸਕਦੇ ਹਾਂ। ਅਤੇ ਮੈਂ ਸੱਚੀ ਅਰਦਾਸ ਕਰਦੀ ਹਾਂ ਵਾਹਿਗੁਰੂ ਜੀ ਅੱਗੇ। 2-3 ਦਿਨ ਤੋਂ ਜਿਹੜੀਆਂ ਅਸੀਂ ਦੇਖ ਰਹੇ ਹਾਂ ਸਾਰੀਆਂ ਵੀਡੀਓਜ਼ ਵੀ, ਉਹਨਾਂ ਦੀ ਫੈਮਿਲੀ ਨੂੰ ਵੇਖ ਰਹੇ ਹਾਂ, ਬੱਚਿਆਂ ਨੂੰ ਵੇਖ ਰਹੇ ਹਾਂ, ਸੋ ਵੇਖ ਕੇ ਮੈਨੂੰ ਲੱਗਦਾ ਮੈਂ ਕਿ ਕੋਈ ਵੀ ਇੱਦਾਂ ਦਾ ਇਨਸਾਨ, ਕੋਈ ਵੀ ਇੱਦਾਂ ਦਾ ਬੰਦਾ ਨਹੀਂ ਹੋਊਗਾ ਜਿਹਦਾ ਦਿਲ ਨਹੀਂ ਹਿੱਲ ਜਾਂਦਾ ਹੋਏਗਾ। ਸੋ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ, ਅਤੇ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਜਾਣੇ ਅਰਦਾਸ ਕਰੋਗੇ ਕਿ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਬੱਚਿਆਂ ਨੂੰ ਵਾਹਿਗੁਰੂ ਜੀ ਹੌਸਲਾ ਦੇਣ ਕਿ ਉਹ ਅੱਗੇ ਆਪਣੀ ਜ਼ਿੰਦਗੀ ਵਧੀਆ ਬਿਤਾ ਸਕਣ, ਕੰਮਕਾਰ ਕਰ ਸਕਣ, ਸੋ ਹੌਸਲਾ ਰੱਖ ਕੇ ਚੱਲ ਸਕਣ, ਕਿਉਂਕਿ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਇਹ ਜਿਹੜੀਆਂ ਆਪਣੇ ਘਰ ਦਾ ਜੀ ਗਿਆ ਅਸੀਂ ਕਦੀ ਭੁੱਲ ਨਹੀਂ ਸਕਦੇ। ਅਤੇ ਬਸ ਅਰਦਾਸ ਕਰ ਸਕਦੇ ਹਾਂ ਕਿ ਜ਼ਿੰਦਗੀ ਉਹਨਾਂ ਦੀ ਜਿਹੜੀ ਅੱਗੇ ਆ, ਜਿਹੜੇ ਉਹਨਾਂ ਨੇ ਕੰਮ ਕਾਰ ਕਰਨੇ ਨੇ, ਸੋ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਉਹਨਾਂ ਨੂੰ ਹੌਸਲਾ ਦੇਵੇ। ਅਤੇ ਨਾਲ ਹੀ ਨਾਲ ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਸਾਰੀ ਕਮੇਟੀ ਮੈਂਬਰਸ ਦਾ, ਸਾਰੇ ਇਲਾਕਾ ਨਿਵਾਸੀਆਂ ਦਾ, ਸਾਰੇ ਜਿਨ੍ਹਾਂ ਨੇ ਮਿਲ ਕੇ ਇਹ ਇੰਨਾ ਸੋਹਣਾ ਜਿਹੜਾ ਪ੍ਰੋਗਰਾਮ ਔਰਗਨਾਈਜ਼ ਕੀਤਾ ਤੁਹਾਡੇ ਸਾਰਿਆਂ ਦੇ ਲਈ। ਸੋ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗਦੀ ਹੁੰਦੀ ਹੈ ਜਿੱਥੇ ਮੇਰੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ, ਕਿਉਂਕਿ ਬਹੁਤ ਘੱਟ ਮੇਲੇ ਹੁੰਦੇ ਆ ਜਿੱਥੇ ਲੇਡੀਜ਼ ਹੁੰਦੀਆਂ ਨੇ। ਅਤੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਇੰਨਾ ਵਧੀਆ ਪ੍ਰਬੰਧ ਕੀਤਾ ਕਿ ਭੈਣਾਂ ਵੀ ਸਾਰੀਆਂ ਆਰਾਮ ਨਾਲ ਬਹਿ ਕੇ ਸੁਣ ਸਕਦੀਆਂ ਨੇ। ਤੁਸੀਂ ਹਮੇਸ਼ਾ ਹੀ ਮੈਨੂੰ ਬਹੁਤ ਪਿਆਰ ਦਿੱਤਾ ਸ਼ੁਰੂ ਤੋਂ ਲੈ ਕੇ ਹੁਣ ਤੱਕ। ਇੱਕ ਵਾਰੀ ਸਾਰੇ ਜਣੇ ਤਾੜੀ ਲਾ ਦਿਓ ਸਾਡੇ ਰਿਸਪੈਕਟਡ ਫਿਰੋਜ਼ ਖਾਨ ਜੀ, ਬਹੁਤ ਸੋਹਣਾ ਗਾਉਂਦੇ ਨੇ ਅਤੇ ਉਹ ਗਾ ਕੇ ਗਏ ਨੇ ਹੁਣੇ। ਗਾਣੇ ਆਪਾਂ ਸਾਰੇ ਗਾ ਕੇ ਜਾਵਾਂਗੇ ਜਿਹੜੇ ਜਿਹੜੇ ਤੁਸੀਂ ਕਹੋਗੇ, ਜਿੱਦਾਂ ਤੁਸੀਂ ਕਹੋਗੇ। ਉਸ ਤੋਂ ਪਹਿਲਾਂ ਯਾਦ ਕਰਦੇ ਹੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਜਿਹਨਾਂ ਕਰਕੇ ਆਪਾਂ ਸਾਰੇ ਜਾਣੇ ਅੱਜ ਇੱਥੇ ਇਕੱਤਰ ਹੋਏ ਹਾਂ। ਸੋ ਉਸ ਤੋਂ ਬਾਅਦ ਸਾਰੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੁਹਾਡੇ ਨਾਲ ਜੁੜੀਆਂ, ਗਾਣੇ ਵੀ, ਜੋ ਤੁਸੀਂ ਕਹੋਗੇ, ਜੋ ਤੁਹਾਡੀਆਂ ਫਰਮਾਇਸ਼ਾਂ ਹੋਣਗੀਆਂ। ਇਤਿਹਾਸ ਮੈਂ ਸਿੱਖੀ ਦਾ ਸੁਣਿਆ ਦਾਦੀ ਕੋਲੇ ਬਹਿ ਕੇ, ਇਤਿਹਾਸ ਮੈਂ ਸਿੱਖੀ ਦਾ ਸੁਣਿਆ ਦਾਦੀ ਕੋਲੇ ਬਹਿ ਕੇ, ਸਰਹੰਦ ਦੇ ਬਾਰੇ ਮੈਂ ਪੁੱਛਿਆ ਨਾਮ ਦੀਵਾਰ ਲੈ ਕੇ,
ਬਾਰੇ ਨਿੱਕੀਆਂ ਜਿੰਦਾਂ ਦੇ ਸੁਣ ਕੇ ਆਇਆ ਅੱਖਾਂ ਵਿੱਚ ਪਾਣੀ। ਉਹ ਗੁਰੂ ਘਰ ਦੇ ਸਪੀਕਰ ਚੋਂ ਗੂੰਜਦੀ ਰਹੂ ਗੁਰਾਂ ਦੀ ਬਾਣੀ। ਹਾਂ ਗੁਰੂ ਘਰ ਦੇ ਸਪੀਕਰ ਚੋਂ ਗੂੰਜਦੀ ਰਹੂ ਗੁਰਾਂ ਦੀ ਬਾਣੀ। ਸਦਾ ਵਾਂਗ 84 ਦੇ ਹੁੰਦੇ ਆਏ ਸਿੱਖਾਂ ਨਾਲ ਤੱਕੇ। ਸਦਾ ਵਾਂਗ 84 ਦੇ ਹੁੰਦੇ ਆਏ ਸਿੱਖਾਂ ਨਾਲ ਤੱਕੇ। ਕੀਤੇ ਜਬਰ ਹਕੂਮਤ ਨੇ ਤਾਂ ਵੀ ਸਬਰ ਦਿਲਾਂ ਵਿੱਚ ਰੱਖੇ। ਹੋ ਜਾਵਣ ਵਾਕੇ ਨਾ ਐਵੇਂ ਉਲਝ ਨਾ ਜਾਵੇ ਤਾਣੀ। ਉਹ ਗੁਰੂ ਘਰ ਦੇ ਸਪੀਕਰ ਚੋਂ ਗੂੰਜਦੀ ਰਹੂ ਗੁਰਾਂ ਦੀ ਬਾਣੀ। ਅੱਲਾਹੂ 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 ਔਖੇ ਪੈਂਡੇ ਲੰਮੀਆਂ ਰਾਵਾਂ ਇਸ਼ਕ ਦੀਆਂ ਦਰਦ ਜਿਗਰ ਸਖਤ ਸਜਾਵਾਂ ਇਸ਼ਕ ਦੀਆਂ। ਅੱਲਾਹੂ 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 ਅੱਲਾ ਅੱਲਾਹੂ ਅੱਲਾ 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 ਔਖੇ ਪਿੰਡ ਲੰਮੀਆਂ ਰਾਵਾਂ ਇਸ਼ਕ ਦੀਆਂ ਦਰਦ ਜਿਗਰ ਸਖਤ ਸਜਾਵਾਂ ਇਸ਼ਕ ਦੀਆਂ। ਰੁਲਾ ਛੱਡਦਾ ਸ਼ਰੇ ਬਾਜ਼ਾਰ ਜੋ ਚਾਹੇ ਇਸ਼ਕ ਛੱਡਦਾ। ਉਸ ਅੱਲਾ ਤੋਂ ਉਸ ਵਾਹਿਗੁਰੂ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ। ਪਤਾ ਨਹੀਂ ਜੀ ਉਹਦੀ ਮਰਜ਼ੀ ਦਾ ਕਦੋਂ ਕਿੱਥੋਂ ਕਿੱਥੇ ਲੈ ਜਾਵੇ। ਹਾਏ ਫੁੱਲਾਂ ਵਰਗੀ ਜਿੰਦੜੀ ਨੂੰ ਇਸ਼ਕ ਰੁਲਾ ਛੱਡਦਾ ਸ਼ਰੇ ਬਾਜ਼ਾਰ ਜੋ ਚਾਹੇ ਇਸ਼ਕ ਛੱਡਦਾ। ਇਹ ਕੱਖ ਨਾ ਛੱਡੇ ਵੇਖ ਬਕਾਵਾਂ ਇਸ਼ਕ ਦੀਆਂ
ਔਖੇ ਪੈਂਡ ਲੰਮੀਆਂ ਰਾਮਾ ਇਸ਼ਕ ਦੀਆਂ ਅੱਲਾਹੁ ਅੱਲਾਹੁ ਅੱਲਾ ਦੇ ਸੋ ਹੀ ਚੰਗਾ ਇੱਕ ਨਾਨਕ ਕੀ ਹੈ ਅਰਦਾਸੇ ਅਰਦਾਸਾਂ ਕਰਦੇ ਰਹਿਣਾ ਚਾਹੀਦਾ ਤਾੜੀ ਤਾਂ ਬਣਦੀ ਹੈ ਸਿੰਘ ਸਾਹਿਬ ਮੈਂ ਪਹਿਲਾਂ ਵੀ ਆਖਿਆ ਕਿ ਪਾਕ ਧਰਤੀ ਆ ਪੰਜਾਬ ਦੀ ਪਾਕ ਧਰਤੀ ਇਹਨੂੰ ਸਜਦਾ ਤੇ ਸਲਾਮ ਕਰਦੇ ਰਹਿਣਾ ਚਾਹੀਦਾ ਐਵੇਂ ਥੋੜ੍ਹੀ ਸ਼ਾਇਰ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਜਾਇਆ ਪੰਜ ਸਿਰਾਂ ਦੀ ਲੋੜ ਗੁਰੂ ਮੁਖੋਂ ਫਰਮਾਇਆ ਪੰਜ ਖਾਲਸੇ ਕਾਫੀ ਲੱਖ ਕਰੋੜ ਹਜ਼ਾਰਾਂ ਨੂੰ ਬਈ ਦੁਨੀਆਂ ਚੇਤੇ ਕਰਦੀ ਆ ਸਿੰਘਾਂ ਸਰਦਾਰਾਂ ਨੂੰ ਮੈਂ ਵੀ ਤੁਹਾਡੇ ਲਿਖਿਆ ਸ਼ਾਇਰ ਨੂੰ ਇਸ ਪਾਕ ਧਰਤੀ ਨੂੰ ਸਜਦਾ ਸਲਾਮ ਕਰਦੇ ਰਹਿਣਾ ਚਾਹੀਦਾ ਆਓ ਬੀਟ ਗੀਤਾਂ ਤੋਂ ਪਹਿਲਾਂ ਮਾਹੌਲ ਹੀ ਇੰਨਾ ਵਧੀਆ ਤੁਸੀਂ ਸੁਣ ਇੰਨਾ ਵਧੀਆ ਰਹੇ ਹੋ ਦਿਲ ਕਰਦਾ ਕਿ ਦਿਲ ਦੇ ਵਿੱਚੋਂ ਕੋਈ ਹੂਕ ਇੱਦਾਂ ਦੀ ਕੋਈ ਗੱਲ ਇੱਦਾਂ ਦੀ ਹੋ ਜਾਏ ਕੋਈ ਛਾਪ ਬਣ ਜਾਏ ਤੁਸੀਂ ਯਾਦ ਕਰਦੇ ਰਹੋ ਇੱਕ ਵਾਰੀ ਮੇਰੇ ਵੱਡੇ ਵੀਰ ਕੁਲਵੀਰ ਭਾਈ ਦੀ ਤਾੜੀਆਂ ਮਾਰ ਦਿਓ ਜਦੋਂ ਵੀ ਯਾਦ ਕਰਦਾ ਉਹਦੇ ਨਾਲ ਸਾਡਾ ਕੋਈ ਪੈਸਾ ਪੁੱਛਣ ਦਾ ਕੋਈ ਚੱਕਰ ਨਹੀਂ ਹੈ ਸਾਡਾ ਆਪਣਾ ਵੀਰ ਹੈ ਸਾਨੂੰ ਹਮੇਸ਼ਾ ਹੀ ਯਾਦ ਹਰ ਮੇਲੇ ਦੀ ਯਾਦ ਕਰਦਾ ਹਰ ਜਿੱਥੇ ਵੀ ਉਹਦੀ ਪਹੁੰਚ ਆ ਸਾਨੂੰ ਸਾਦਾ ਸਾਨੂੰ ਮੁਹੱਬਤ ਦਿੰਦਾ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸੋ ਗੱਲ ਕਰਨੇ ਆ ਲੋਕ ਤੱਤ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਹੁੰਦੀਆਂ ਨੇ ਜਿਹਦੇ ਵਿੱਚ ਕੋਈ ਆਪਣੀ ਹੋਂਦ ਹੋਵੇ ਆਪਣੀ ਮੁਹੱਬਤ ਦੀ ਗੱਲ ਕੀਤੀ ਜਾਵੇ ਜੋ ਕਿ ਬਹੁਤ ਮਕਬੂਲ ਗੀਤ ਹੋਇਆ ਪੈਸਾ ਤੇ ਮਖੌਲ ਬਹੁਤਾ ਨਹੀਂ ਉਡਾਈਦਾ ਮੈਂ ਚਾਹੁੰਦਾ ਕਿ ਤੁਸੀਂ ਸੁਣਨ ਵਾਲੇ ਹੋ ਸੁਣਨਾ ਚਾਹੁੰਦੇ ਆ ਔਰ ਮੁਹੱਬਤ ਦੇ ਰਹੇ ਹੋ ਇੱਕੋ ਘਰੇ ਭੈਣਾਂ ਨਾਲ ਵਿਆਹੀਏ ਸਕੀਆਂ ਨਾਰ ਤੇ ਦਨਾਲੀ ਚੰਗੀਆਂ ਨੇ ਟੱਕੀਆਂ ਬੜੀ ਮੁਹੱਬਤ ਦਿੱਤੀ ਤੁਸੀਂ ਬੜਾ ਪਿਆਰ ਦਿੱਤਾ ਸੋ ਐਸੇ ਲੋਕ ਤੱਥ ਨੂੰ ਆਪਦੇ ਸਨਮੁੱਖ ਕਰਵਾਉਣ ਜਾ ਰਿਹਾ ਜਦੋਂ ਪੰਜਾਬ ਦੀ ਧਰਤੀ ਤੋਂ ਲੈ ਕੇ ਵਰਲਡ ਤੱਕ ਜਾਂਦੇ ਨੇ ਤੇ
ਪੈਰ ਰੱਖਦੇ ਨੇ ਤੇ ਤਾਈਓ ਕਹਿੰਦੇ ਇਹਨਾਂ ਨੂੰ ਪੰਜਾਬ ਦੀ ਧੀ ਕੌਣ ਬੇ। ਇਹ ਕਈ ਵਾਰੀ ਥੋੜਾ ਜਿਹਾ ਜ਼ਿਆਦਾ ਭਾਵੁਕ ਹੋ ਜਾਂਦਾ, ਜ਼ਿਆਦਾ ਤਰੀਫਾਂ ਕਰ ਜਾਂਦਾ। ਸੋ ਮੈਂ ਬਹੁਤ ਲੱਕੀ ਹਾਂ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ, ਫੈਮਿਲੀ ਇੰਨਾ ਸਪੋਰਟ ਕਰਦੀ ਹੈ, ਮੇਰੇ ਭਰਾ ਹਮੇਸ਼ਾ ਇੰਨਾ ਸਪੋਰਟ ਕਰਦੇ ਨੇ। ਸੋ ਤੁਸੀਂ ਸਾਰੇ ਜਣੇ, ਮੈਂ ਸਾਰਿਆਂ ਨੂੰ ਇਹੀ ਗੱਲ ਕਹਿੰਦੀ ਹੁੰਦੀ ਹਾਂ ਕਿ ਆਪਣੀਆਂ ਬੇਟੀਆਂ ਨੂੰ, ਆਪਣੀਆਂ ਭੈਣਾਂ ਨੂੰ ਸਪੋਰਟ ਕਰਿਆ ਕਰੋ, ਜੋ ਵੀ ਉਹ ਲਾਈਫ 'ਚ ਕਰਨਾ ਚਾਹੁੰਦੀਆਂ ਨੇ। ਅਤੇ ਨਾਲ ਹੀ ਨਾਲ ਮੈਂ ਇੱਥੇ ਉਹਨਾਂ ਭੈਣਾਂ ਨੂੰ, ਉਹਨਾਂ ਕੁੜੀਆਂ ਨੂੰ ਵੀ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਵੀ ਆਪਣੇ ਮਾਪਿਆਂ ਦਾ ਮਾਣ ਇੰਨਾ ਬਣਾਓ ਕਿ ਉਹਨਾਂ ਨੂੰ ਤੁਹਾਡੀ ਸਪੋਰਟ ਕਰਨ ਲੱਗਿਆ ਕੋਈ ਟੈਨਸ਼ਨ ਨਾ ਹੋਵੇ। ਸੋ ਗੱਲ ਕਰਦੇ ਹਾਂ ਆਪਾਂ ਅਗਲੀ। ਵੈਸੇ ਮੈਨੂੰ ਜਦੋਂ ਆਉਣ ਤੋਂ ਪਹਿਲਾਂ ਇੱਥੇ ਕਿਸੇ ਨੇ ਦੱਸਿਆ ਸੀਗਾ ਕਿ ਸਾਡੇ ਜਿਹੜੇ ਭਾਜੀ ਹੋਣੀ ਜਿਨ੍ਹਾਂ ਨੇ ਇਹ ਸ਼ੋਅ ਕਰਵਾਇਆ, ਉਹ ਕਹਿੰਦੇ ਸੀ ਕਿ ਮੇਰਾ ਫੇਵਰੇਟ ਗਾਣਾ ਫੁਲਕਾਰੀ, ਉਹਦੇ ਤੋਂ ਸ਼ੁਰੂ ਕਰਨਾ। ਸੋ ਪਹਿਲਾਂ ਗੱਲਾਂ ਬਾਤਾਂ ਜਿਹੜੀਆਂ ਸਾਡੇ, ਮੈਂ ਵੀ ਇੱਕ ਪਿੰਡ ਦੀ ਕੁੜੀ ਹਾਂ, ਸੋ ਆਪਣੇ ਪਰਿਵਾਰਾਂ 'ਚ ਜਿਹੜੀਆਂ ਜਿਵੇਂ ਦੇ ਗੱਲਾਂ ਬਾਤਾਂ ਹੁੰਦੀਆਂ ਨੇ, ਜਿਵੇਂ ਆਪਾਂ ਵਿਚਰਦੇ ਹਾਂ, ਸੋ ਉੱਦਾਂ ਦੀਆਂ ਗੱਲਾਂ ਬਾਤਾਂ ਇਸ ਗਾਣੇ 'ਚ ਲਿਖੀਆਂ ਸੀ, ਬਹੁਤ ਸੋਹਣੀਆਂ ਸੱਚੀਆਂ ਗੱਲਾਂ ਨੇ। ਉਸ ਤੋਂ ਬਾਅਦ ਫੁਲਕਾਰੀ ਗਾਣਾ ਵੀ, ਅਤੇ ਨਾਲ ਹੀ ਨਾਲ ਅਸੀਂ ਹੁਣੇ ਜਿੱਥੇ ਬੈਠੇ ਸੀ ਇੰਸਪੈਕਟਰ ਭਾਜੀ, ਉਹਨਾਂ ਦਾ ਨਾਮ ਗੁਰਮੇਲ ਆਈ ਥਿੰਕ, ਹੈ ਨਾ, ਹਾਂਜੀ, ਉਹਨਾਂ ਦੇ ਘਰੇ ਬੈਠੇ ਸੀ ਅਤੇ ਉਹ ਵੀ ਸਾਰੇ ਜਾਣੇ ਮੈਨੂੰ ਟੀ ਵੀ 'ਤੇ ਦੇਖ ਰਹੇ ਨੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਨਾਲੇ ਥੈਂਕ ਯੂ ਕਿ ਬਹੁਤ ਸਵਾਦ ਚਾਹ ਪਿਆਈ। ਇੱਕੋ ਕਰੇ ਇਹ ਭੈਣਾਂ ਨਾ ਵਿਆਹੀਏ ਸਕੀਆਂ, ਬਈ ਨਾਰ ਤੇ ਦੋਨਾਲੀ ਚੰਗੀਆਂ ਨੇ ਟੱਕੀਆਂ, ਕੱਪੜੇ ਸੁਕਾਉਣੀ ਹੀ ਕੋਠੇ ਤੇ ਨਾ ਬੰਨੀਏ, ਉਹ ਪਾਣੀ ਦੀ ਦਲੀਲ ਅੱਖਾਂ ਮੀਚ ਮੰਨੀਏ, ਵਾਰ ਵਾਰ ਚਾਕੇ ਜੋ ਰਸੋਈ ਹੀ ਵੱਲ ਨੂੰ ਗੌਰ ਕਰਿਓ, ਵਾਰ ਵਾਰ ਚਾਕੇ ਜੋ ਰਸੋਈ ਹੀ ਵੱਲ ਨੂੰ ਉਹ ਕਰੇ ਹੈ ਨਹੀਂ ਬਿਠਾਈ ਦਾ, ਕਰੇ ਹੈ ਨਹੀਂ ਬਿਠਾਈ ਦਾ, ਪੈਸਾ ਤੇ ਮਖੌਲ ਬਹੁਤਾ ਨਹੀਂ ਉਡਾਈਦਾ, ਉਹ ਬਹੁਤਾ ਨਹੀਂ ਉਡਾਈਦਾ, ਪੈਸਾ ਤੇ ਮਖੌਲ ਸਾਬ ਨਾ ਉਡਾਈਦਾ, ਉਹ ਬਹੁਤਾ ਨਹੀਂ ਉਡਾਈਦਾ, ਬਹੁਤ ਹੀ ਵੱਡਾ ਗੁਣ ਹੈ ਇਹਨਾਂ 'ਚ। ਇੱਕ ਵਾਰੀ ਬਾਪੂ ਜੀ ਦੇ ਲਈ ਤਾੜੀਆਂ ਲਾ ਦਿਓ।
ਮੈਨੂੰ ਲੱਗਦਾ ਹੈ ਪਤਾ ਨਹੀਂ ਦੂਜਾ ਤੀਜਾ ਪ੍ਰੋਗਰਾਮ ਹੋਣਾ ਸਾਡਾ ਜਿੱਥੇ ਬਾਪੂ ਜੀ ਹੋਣੀ ਮਿਲਦੇ ਨੇ। ਵਿਸ਼ਵਾਸ ਮਾਰਦਾ ਵਧੀਆ ਲੱਗਾ। ਤਾੜੀ ਮਾਰ ਦਿਓ ਖਰੀ, ਕਮਾਲ ਹੈ। ਮੇਰੀਆਂ ਭੈਣਾਂ ਤਾੜੀ ਮਾਰ ਰਹੀਆਂ, ਇੱਧਰ ਮੇਰੇ ਵੀਰ ਬੈਠੇ ਨੇ, ਸਾਡੇ ਬਜ਼ੁਰਗ ਸਾਹਿਬਾਨ ਬੈਠੇ ਨੇ, ਬਹੁਤ ਸਾਰੇ ਮੇਰੇ ਵੀਰ, ਮੇਰੇ ਤੋਂ ਜ਼ਿਆਦਾ ਜਾਣੀ ਐਜੂਕੇਟਡ ਹੈ, ਸਾਰੇ ਪੜ੍ਹੇ ਲਿਖੇ ਹੋ। ਇਹ ਸੋਹਣੀਆਂ ਦਸਤਾਰਾਂ ਲਈ ਤਾੜੀ ਮਾਰ ਦਿਓ ਖਰੀ, ਸੋਹਣਾ ਲੱਗ ਰਿਹਾ ਸੀ ਤਾਂ ਥੈਂਕ ਯੂ। ਨਾਲ ਨਾਲ ਲਗਾਤਾਰ ਆਪਾਂ ਸਾਰੇ ਅੱਜ ਇੱਥੇ ਆਏ ਹੋ ਔਰ ਤੁਸੀਂ ਮੁਹੱਬਤ ਦੇ ਰਹੇ ਹੋ, ਪਿਆਰ ਦੇ ਰਹੇ ਹੋ। ਸੋ ਮੇਰਾ ਖਿਆਲ ਆ ਕਿ
ਐਸਾ ਗੀਤ ਨਹੀਂ ਜਿਹਨੂੰ ਤੁਸੀਂ ਮੁਹੱਬਤ ਨਹੀਂ ਦਿੱਤੀ। ਕਿੰਨਾ ਪਿਆਰ ਦੇ ਰਹੇ ਹੋ, ਕਰ ਖੁੱਲ੍ਹ ਕੇ ਤਾੜੀ ਮਾਰ ਕੇ ਦਿਖਾਓ। ਹੋਰ ਕਹਿੰਦੇ ਜਿਹਨੂੰ ਪੱਗ ਦੀ ਕੀਮਤ ਦਾ ਪਤਾ ਨਹੀਂ ਉਹਦੇ ਨਾਲ ਪੱਗ ਵਟਾਉਣ ਦੀ ਲੋੜ ਨਹੀਂ, ਜਿਹੜਾ ਮਨ ਖਾੜੇ ਵਿੱਚ ਢਹਿ ਜਾਵੇ ਉਹਨੂੰ ਘਿਓ ਖਵਾਉਣ ਦੀ ਲੋੜ ਨਹੀਂ। ਪਹਿਲੇ ਪਿੱਗ ਸ਼ੇਰ ਕਹੇ ਬਿੱਲੀ ਉਹਨੂੰ ਹੋਰ ਪਿਆਉਣ ਦੀ ਲੋੜ ਨਹੀਂ। ਜਿਹੜਾ ਯਾਰ ਨਾਲ ਭੀੜ ਵਿੱਚ ਕਾਮਯਾਬੇ ਯਾਰੋ ਉਹਨੂੰ ਯਾਰ ਬਣਾਉਣ ਦੀ ਲੋੜ ਨਹੀਂ। ਸੋ ਆਓ ਐਡੇ ਮੁਹੱਬਤ ਦੇ ਰੰਗ ਭਰ ਦਿਓ। ਸੋ ਇੱਕ ਵਾਰ ਸਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮੁਹੱਬਤ ਕਰਦੇ ਤੁਹਾਨੂੰ ਸਾਰੋ ਇੱਥੇ ਜਿੰਨੇ ਤਰ੍ਹਾਂ ਪਹੁੰਚੇ ਤੁਸੀਂ। ਸੋ ਬਹੁਤ ਮਿਹਰਬਾਨੀ। ਸੋ ਆਓ ਆਪ ਜੀ ਦੇ ਸਨਮੁਖ ਮੈਡਮ ਕੌਲ ਬੀ ਪਤਾ ਲੱਗ ਗਿਆ ਉਹਨਾਂ ਨੂੰ ਵੱਟੋ ਵੱਟ ਤੁਰੀ ਜਾਂਦੀ ਸੀ ਮੈਂ ਖੇਤ ਨੂੰ। ਇੱਕ ਵਾਰੀ ਆਪਣੇ ਪਿੰਡਾਂ ਦੇ ਲਈ ਤਾੜੀ ਲਾ ਦਿਓ ਸਾਰੇ ਜਾਣੇ ਆਪਣੇ ਖੇਤਾਂ ਦੇ ਲਈ। ਅੱਡੀਆਂ ਦੇ ਨਾਲ ਭੋਰਦੀ ਸੀ ਰੇਤ ਨੂੰ ਵੇ ਤੁਰੀ ਜਾਂਦੀ ਨੇ ਨਜ਼ਰ ਜਦ ਮਾਰੀ ਵੇ ਕਣਕਾਂ ਦਾ ਰੰਗ ਉੱਡਿਆ ਮੇਰੀ ਉੱਡਦੀ ਵੇਖ ਫੁਲਕਾ। ਤੁਸੀਂ ਆਪਣੀ ਫੁਲਕਾਰੀ ਦੇ ਲਈ ਤਾੜੀਆਂ ਲਾ ਦਿਓ ਆਪਣੇ ਸੂਟਾਂ ਦੇ ਲਈ ਆਪਣੀਆਂ ਜੁੱਤੀਆਂ ਦੇ ਲਈ ਜੋ ਮੈਂ ਅਕਸਰ ਗੱਲਾਂ ਕਰਦੀ ਹਾਂ ਆਪਣੇ ਪਰਾਂਦਿਆਂ ਦੇ ਲਈ। ਕੁੜੀਆਂ ਦੇ ਲਈ ਤਾੜੀਆਂ ਲਾ ਦਿਓ ਸਾਰੇ ਜਾਣੇ ਇੱਕ ਵਾਰੀ। ਜੇ ਗੱਲ ਵੈਲੀਆਂ ਦੀ ਕਰੀਏ ਫਿਰ ਬਹੁਤ ਜ਼ੋਰ ਦੀ ਤਾੜੀ ਲਾਉਂਦੇ ਨੇ ਨਾ, ਰੌਲੇ ਵੀ ਬਾਅਦ 'ਚ ਉਹਨਾਂ ਗਾਣੇ 'ਤੇ ਪੈਂਦੇ। ਵੱਟੋ ਵੱਟ ਤੁਰੀ ਜਾਂਦੀ ਸੀ ਮੈਂ ਕਿੰਦ ਨੂੰ ਵੇਖਦਾ ਆਈ ਵੇ ਮੇਰਾ ਲਹੂ ਨਿਕਾ ਮਾਰਦਾ।
ਵੱਡ ਤੁਰੀ ਜਾਂਦੀ ਸੀ ਮੈਂ ਕਿੰਦ ਨੂੰ ਅੱਡੀਆਂ ਦੇ ਨਾਲ ਮੋਰਦੀ ਸੀ ਰਿੰਦ ਨੂੰ ਵੱਡੋ ਵੱਡ ਤੁਰੀ ਜਾਂਦੀ ਸੀ ਮੈਂ ਕਿੰਦ ਨੂੰ ਅੱਡੀਆਂ ਦੇ ਨਾਲ ਮੋਰਦੀ ਸੀ ਰਿੰਦ ਨੂੰ ਤੁਰੀ ਜਾਂਦੀ ਨੇ ਨਜ਼ਰ ਜਦ ਮਾਹਰੀ ਦੇ ਖੜਦਾ ਨਾ ਮੇਰੀ ਉੱਠਦੀ ਵੇਖ ਫੁਲਕਾਰੀ ਵੇ ਖੜਦਾ ਨਾ ਪਰ ਇਹ ਸੱਚੀ ਗੱਲ ਹੈ ਕਿ ਆਪਾਂ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਪ੍ਰੋਗਰਾਮ ਕਰ ਆਈਏ ਉਹ ਮਜ਼ਾ ਨਹੀਂ ਆਉਂਦਾ ਜਿਹੜਾ ਆਪਣੇ ਪਿੰਡਾਂ 'ਚ ਆਉਂਦਾ ਉਹ ਕਿਉਂ ਕਿਉਂਕਿ ਇੱਥੇ ਪਿੱਛੇ ਸਾਰੇ ਜਿਹੜੇ ਟਰੈਕਟਰਾਂ 'ਤੇ ਗੱਡੀਆਂ 'ਤੇ ਬੈਠੇ ਨੇ ਕੰਧਾਂ 'ਤੇ ਬੈਠੇ ਨੇ ਇਹ ਵਾਲਾ ਮਾਹੌਲ ਆਪਾਂ ਨੂੰ ਕਿਤੇ ਵੇਖਣ ਨੂੰ ਨਹੀਂ ਮਿਲਦਾ ਸੱਚੀ ਦਿਲੋਂ ਕਹਿੰਦੀ ਇੱਕ ਵਾਰੀ ਆਪਣੇ ਪਿੰਡਾਂ ਦੇ ਲਈ ਤਾੜੀਆਂ ਲਾ ਦਿਓ ਸਾਰੇ ਜਾਣੇ ਮੈਂ ਸੱਚੀ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਵੀ ਪਿੰਡ ਤੋਂ ਹਾਂ ਪਿੰਡਾਂ ਵਾਲਿਆਂ ਦੀ ਵੱਖਰੀ ਟੌਰ ਹੁੰਦੀ ਹੈ ਉਹ ਤੁਸੀਂ ਸਮਝ ਸਕਦੇ ਉਹ ਜੱਟੀ ਰੂੜ ਤੇ ਆਉਂਦੀ ਏ ਪਰ ਲੂੜ ਤੇ ਮੁੰਡਾ ਫੈਨ ਮੇਰੀ ਤੋਰਦਾ ਸੂਟ ਚੱਕਵਾਂ ਉਹ ਚੱਕਵਾਂ ਤੇ ਲੁੱਕ ਮੇਰੀ ਅਥਰੀ ਅੱਖ ਪਸਤੌਣ ਵਰਗੀ ਉਹ ਬੰਦੇ ਮਾਰ ਉਹ ਮਾਰਦੀ ਤੇ ਟੌਰ ਮੁਟਿਆਰ ਦੀ ਲੰਡੂ ਕੋਈ ਨੀ ਰਾਹ ਡੱਕਦਾ ਡਰਦਾ ਡਰਦਾ ਅੱਤਵਾਦੀ ਐਟੀਟਿਊਡ ਤੇ ਜੱਟ ਮਰਦਾ ਉਹ ਅੱਤਵਾਦੀ ਐਟੀਟਿਊਡ ਤੇ ਜੱਟ ਮਰਦਾ ਉਹ ਚੱਟੀ ਰੂੜ ਤੇ ਆਉਂਦੀ ਏ ਪਰ ਲੂੜ ਤੇ ਮੁੰਡਾ ਫੈਨ ਮੇਰੀ ਤੋਰਦਾ ਸੂਟ ਚੱਕਵਾਂ ਪਰ ਲੂੜ ਤੇ ਮੁੰਡਾ ਵੈਨ ਮੇਰੀ ਤੋਰਦਾ ਸੂਟ ਚੱਕਵਾ ਚੱਕਵਾ ਤੇ ਲੁੱਕ ਮੇਰੀ ਅੱਖਰੀ ਅੱਖ ਪਸਦੌਣ ਵਰਗੀ ਉਹ ਬੰਦੇ ਮਾਰੀ ਉਹ ਮਾਰਦੀ ਤੇ ਟੋਰ ਮੁਟਿਆਰ ਦੀ ਲੰਡੂ ਕੋਈ ਨੀ ਰਾਹ ਡੱਕਦਾ ਡਰਦਾ ਡਰਦਾ ਹੱਥ ਵਰਦੀ ਐਟੀਟਿਊਡ ਤੇ ਜੱਟ ਚੜਦਾ ਚੜਦਾ ਹੱਥ ਵਧੀਆ ਜੱਟ ਹੱਥ ਵਧੀਆ
ਪਿੰਡ ਲੱਗਦਾ ਲੜਦਾ ਕਰਦੇ ਹਾਂ ਹੁਣ ਤੁਹਾਡੀ ਇੱਧਰ ਮੁੰਡਿਆਂ ਖੁੰਡਿਆਂ ਦੀ ਆਪਣੇ ਲਈ ਤਾੜੀ ਲਾ ਦਿਓ ਫਿਰ ਇੱਕ ਵਾਰੀ ਸਾਰੇ ਜਣੇ ਉਹ ਮੇਰੇ ਨਾਲ ਟਿਊਸ਼ਨ ਪੜ੍ਹਦਾ ਸੀ ਨਹੀਂ ਮੇਰੇ ਉੱਤੇ ਉਦੋਂ ਦਾ ਮਰਦਾ ਸੀ ਉਹ ਮੇਰੇ ਮਗਰ ਗੇੜੀਆਂ ਲਾਉਂਦਾ ਸੀ ਪਤਾ ਲੱਭ ਲਿਆ ਮੇਰੇ ਪੁਰਾਣੇ ਸੁਣਦੀ ਆ ਤੇ ਜੱਟ ਕਿਹਦੇ ਕਿਹਦੇ ਫੈਨ ਹੋ ਜਿਹਦੇ ਜਿਹਦੇ ਫੈਨ ਹੋ ਉਹਦਾ ਹੀ ਨਾਮ ਲਿਓ ਜ਼ਰੂਰੀ ਨਹੀਂ ਕਿਸੇ ਇੱਕ ਦਾ ਨਾਮ ਲੈਣਾ ਕਿਹਦੇ ਫੈਨ ਨੀ ਭੈੜਾ ਫੈਨ ਬੱਬੂ ਕੱਟੜ ਫੈਨਸ ਨੇ ਬੱਬੂ ਮਾਨ ਜੀ ਦੇ ਤਾੜੀਆਂ ਲਾ ਦੇ ਉਹਨਾਂ ਦੇ ਲਈ ਓਲਾ ਕੇ ਵੈਲੀ ਨਾ ਕਸੂਤਾ ਜੱਪ ਪਾ ਲਿਆ ਨੀ ਉਹਨੇ ਕੁੜੀਆਂ ਚ ਖੜੀ ਨੂੰ ਬਣਾ ਲੇ ਵੈਲੀ ਮੈਂ ਸੋਚਦੀ ਨਹੀਂ ਹੁੰਦੀ ਪਰ ਮੇਰੇ ਗਾਣੇ ਐਵੇਂ ਦੇ ਹੁੰਦੇ ਨਾ ਕਿਤੇ ਨਾ ਕਿਤੇ ਯੂਜ਼ ਹੋ ਜਾਂਦਾ ਵਰਡ ਪਰ ਮੇਰੇ ਹਿਸਾਬ ਨਾਲ ਆਪਣੀ ਸੋਚ ਹੈ ਜੇ ਆਪਾਂ ਉਹਨੂੰ ਸਹੀ ਤਰੀਕੇ ਨਾਲ ਸੋਚਾਂਗੇ ਤਾਂ ਕੋਈ ਵੀ ਗੱਲ ਆਪਾਂ ਨੂੰ ਸਹੀ ਲੱਗੇਗੀ ਜੇ ਗਲਤ ਸੋਚਾਂਗੇ ਤਾਂ ਗਲਤ ਲੱਗੇਗੀ ਵੈਲੀ ਮੈਂ ਸੋਚਦੀ ਹਾਂ ਕਿ ਸੁਭਾਅ ਦੀ ਗੱਲ ਅੜਬ ਸੁਭਾਅ ਦੀ ਜੱਟਾਂ ਦੇ ਸੁਭਾਅ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਗੱਲਾਂ ਸੱਚੀਆਂ ਨੇ ਜਿਵੇਂ ਕਿਹਾ ਕਿ ਲਾ ਕੇ ਵੈਲੀ ਨਾ ਕਸੂਤਾ ਜਾ ਉਹਨੇ ਕੁੜੀਆਂ 'ਚ ਖੜੀ ਇਹ ਮੈਂ ਵੀ ਉਸ ਫੈਮਿਲੀ 'ਚੋਂ ਮੈਨੂੰ ਮੈਂ ਸਮਝ ਸਕਦੀ ਹਾਂ ਸਾਡੇ ਭਰਾ ਵੀ ਅਤੇ ਸਾਡੇ ਮਤਲਬ ਅੱਗੇ ਵੀ ਜਿਵੇਂ ਸਾਡੀਆਂ ਕੁੜੀਆਂ ਦੇ ਕਿਤੇ ਵਿਆਹ ਹੁੰਦੇ ਨੇ ਮੈਂ ਉਸ ਸੁਭਾਅ ਦੀ ਗੱਲ ਕਰਦੀ ਹਾਂ ਕਿ ਇਹ ਜਿਹੜੇ ਮੇਰੇ ਹਿਸਾਬ ਨਾਲ ਮੈਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ ਕਿਤੇ ਰੌਲਾ ਪੈ ਗਿਆ ਸੀ ਕਾਫੀ ਕਿ ਗਾਣਾ ਤੁਸੀਂ ਗਾਉਂਦੇ ਹੋ ਇੱਦਾਂ ਜੇ ਕੋਈ ਜੱਟਾਂ ਦਾ ਸੁਭਾਅ ਬਦਲਦੇ ਮੈਂ ਨਹੀਂ ਗਾਣਾ ਗਾਵਾਂਗੀ ਕਦੀ ਇਹ ਸੱਚੀਆਂ ਗੱਲਾਂ ਨੇ ਕਿਉਂਕਿ ਆਪਣਾ ਆਪਣਾ ਸੁਭਾਅ ਹੁੰਦਾ ਕਿਸੇ ਕੋਈ ਗੁੱਸੇਖੋਰ ਹੁੰਦਾ ਹੈ ਨਾ ਅਤੇ ਉਹਨਾਂ ਨੇ ਨਹੀਂ ਵੇਖਣਾ ਹੁੰਦਾ ਕਿ ਕਿੱਥੇ ਕੋਈ ਖੜੀ ਉਹਦੀ ਬੇਇੱਜ਼ਤੀ ਹੁੰਦੀ ਹੈ ਮੈਨੂੰ ਲੱਗਦਾ ਸੱਚੀ ਗੱਲ ਹੈ ਗੁੱਸਾ ਚੜ੍ਹੇਗਾ ਅਤੇ ਲੜ ਪੈਣਗੇ ਆਪਣੀ ਘਰਵਾਲੀ ਨਾਲ ਇੱਦਾਂ ਹੀ ਅਤੇ ਉਹ ਗੱਲਾਂ ਬਾਤਾਂ ਕੀਤੀਆਂ ਨੇ ਇੱਕ ਤੁਹਾਡੇ ਅੜਬ ਸੁਭਾਅ ਦੀਆਂ ਉਹ ਲਾ ਕੇ ਵੈਲੀ ਨਾ ਕਸੂਤਾ ਜੱਪ ਪਾ ਲਿਆ ਨੀ ਉਹਨੇ ਕੁੜੀਆਂ 'ਚ ਖੜੀ ਨੂੰ ਬੁਲਾ ਲਿਆ Hey!
ਹੋ ਗਿਆ ਜਰਾ ਵੀ ਚੰਨ ਵੇ ਜੇ ਤੂੰ ਹੋ ਗਿਆ।